ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ। ਸਵੇਰ ਦਾ ਟਾਈਮ ਹੋ ਗਿਆ 5:30 ਅਤੇ 7 ਵਜੇ ਸਾਡੀ ਬੱਸ ਆ। 1 ਘੰਟਾ 6:30 ਤੋਂ ਨਿਕਲਣਾ, ਤਿਆਰ ਤਿਉਰ ਹੋ ਕੇ ਅਤੇ ਚਾਨਣ। ਹਾਂ, ਚਾਨਣ ਅਸੀਂ ਉੱਦਾਂ ਹੁਣ ਬਹੁਤੇ ਜ਼ਿਆਦਾ ਓੜੇ ਏਰੀਏ ਵੱਲ ਨਹੀਂ ਹੈਗੇ ਜਿੱਥੇ ਦਿਨ ਰਾਤ ਰਹਿੰਦਾ ਵਾ। ਉੱਦਾਂ ਇੱਥੇ ਆ ਕਿ 12-1 ਵਜੇ ਤੱਕ ਚਾਨਣ ਜਿਹਾ ਰਹਿੰਦਾ ਵਾ, 1 ਤੋਂ ਲੈ ਕੇ 3 ਵਜੇ ਤੱਕ ਹਨੇਰਾ ਜਾਂਦਾ। ਮੂੰਹ ਹੱਥ ਧੋਣ ਦਾ ਇਰਾਦਾ ਬਣਾ ਕੇ ਝਰਨੇ ਵੱਲ ਨੂੰ ਜਾ ਰਹੇ ਹਾਂ, ਪਰ 50-50 ਜੇ ਹਾਂ। ਜੇ ਮਨ ਕੀਤਾ ਨਹਾ ਵੀ ਲੈਣਾ ਹੀ ਆ ਬਸ। ਗਾਡੀ 'ਤੇ ਕੱਪੜਾ ਵੱਜਦਾ ਹੋਇਆ ਗੱਡੀ ਦੇ ਵਿੱਚ ਪਾਣੀ ਕੰਪਲੀਟਲੀ ਮੁੱਕ ਚੁੱਕਾ, ਕਿਉਂਕਿ ਸਾਨੂੰ 3 ਕੁ ਦਿਨ ਹੋ ਗਏ ਆ ਇੱਦਾਂ ਹੀ। ਹਾਲਾਂਕਿ ਅਸੀਂ ਆਈ ਥਿੰਕ 1 ਦਿਨ ਹੀ ਵਿੱਚ ਨਹਾਤੇ ਵਗੈਰਾ ਵਾਂ, ਪਰ ਭਾਂਡੇ ਭੁੰਡੇ ਧੋਣ ਵਾਸਤੇ ਬਹੁਤ ਜ਼ਿਆਦਾ ਯੂਜ਼ ਕੀਤਾ ਪਾਣੀ। ਸੋ ਹੁਣ ਭਾਂਡੇ ਧੋਣ ਜੋਗਾ ਵੀ ਨਹੀਂ ਰਿਹਾ, ਤਾਂ ਹੀ ਆਪਾਂ ਆਏ ਹਾਂ। ਅਯੋ 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 ਜਿੰਨਾ ਮਰਜ਼ੀ ਤੜਕੇ ਉੱਠ ਕੇ ਉਹ ਭੱਜੋ ਭੱਜੀ ਹੋ ਹੀ ਜਾਂਦੀ ਹੈ। 5 ਵਜੇ ਦੇ ਉੱਠੇ ਸੀ, 5:15 ਬੈੱਡ ਛੱਡਿਆ ਨਾ, 5 ਵਜੇ ਦੇ ਅਲਾਰਮ ਵੱਜੇ ਸੀ ਉਹ, ਅਤੇ ਅਸੀਂ 7 ਵਜੇ ਉੱਥੇ ਪਹੁੰਚਣਾ ਵਾ। ਇੱਥੋਂ 10-15 ਮਿੰਟ ਦਾ ਰਸਤਾ ਉਹ, ਅਤੇ 6:45 ਹੋਣ ਦੇ ਵਿੱਚ ਟਾਈਮ ਰਹਿ ਗਿਆ ਸਿਰਫ 10 ਮਿੰਟ। ਪਹੁੰਚ ਗਏ ਆਪਾਂ ਆਨੇ ਵਾਲੀ ਥਾਂ 'ਤੇ, ਅਤੇ ਪੂਰੇ ਟਾਈਮ 'ਤੇ ਹੀ ਪਹੁੰਚ ਗਏ। ਸਾਨੂੰ ਥੋੜ੍ਹਾ ਜਿਹਾ ਇਹ ਸੀ ਕਿ ਜਿਹੜੀ ਸਾਡੀ ਬੱਸ ਦੀ ਟਿਕਟ ਅਸੀਂ ਕੱਢੀ ਸੀ ਨਾ, ਅਸੀਂ ਥੱਲਿਓਂ ਪਿੰਡ ਤੋਂ ਕੱਢੀ ਸੀ, ਪਾਰਕਿੰਗ ਉੱਪਰ ਆਏ। ਸਾਨੂੰ ਇਹ ਸੀ ਕਿ ਪਾਰਕ ਇੱਥੇ ਲਾ ਕੇ ਅਸੀਂ ਫਿਰ ਪਿੰਡ ਨੂੰ ਥੱਲੇ ਨੂੰ ਜਾਣਾ, ਪਰ ਇੱਥੇ ਅੱਜ ਹੈਗਾ ਸਟਾਫ ਜਿਹੜੀ ਜਗ੍ਹਾ 'ਤੇ, ਅਤੇ ਉਹ ਕਹਿੰਦੇ ਵੀ ਨਹੀਂ ਤੁਸੀਂ ਇਟਸ ਓਕੇ, ਜੇ ਥੱਲਿਓਂ ਬੱਸ ਦੀ ਟਿਕਟ ਕੱਢੀ ਹੈ ਇੱਥੋਂ ਵੀ ਉਹ ਸੇਮ ਬੱਸ ਲੈ ਸਕਦੇ ਹਾਂ। ਅਤੇ ਅਸੀਂ ਜਾ ਰਹੇ ਹਾਂ ਟਰੋਲ ਟੁੰਗਾ, ਅਤੇ ਭਾਜੀ ਚੱਲੇ ਆ ਪਾਰਟੀ 'ਤੇ। ਭਾਜੀ ਪਾਰਟੀ 'ਤੇ ਚੱਲੇ ਆ, ਅਸੀਂ ਹਾਈਕ 'ਤੇ ਚੱਲੇ ਹਾਂ। ਇਹ ਆ ਜੀ ਇੱਥੋਂ ਬੱਸਾਂ ਵਾਲਾ ਜਗਾੜ, ਅਤੇ ਲਾਸਟ ਜਾਂਦੀ ਹੈ 10:23 'ਤੇ ਬੱਸ, ਇਸ ਤੋਂ ਬਾਅਦ ਨਹੀਂ ਜਾਂਦੀ। 6:57-7:30-8 He's stuck in the snow, you see. So, somebody helped them? Yeah. She was lucky. If she was... Two people were going alone, and they got stuck to here. But the mountain guide saw them. He was a guide. A guide group would come. ਇਹ ਇਹਨਾਂ ਨੇ ਬਾਹਲੇ ਬਹੁਤ ਹੈਲਪਫੁੱਲ ਆ ਯਾਰ ਸਾਨੂੰ ਇੱਥੇ। ਹੁਣ 20 ਮਿੰਟ ਹੋ ਗਏ ਇਹਨਾਂ ਨੇ ਸਾਨੂੰ ਪੂਰਾ ਚੰਗੀ ਤਰ੍ਹਾਂ ਗਾਈਡ ਕਰਤਾ। ਤੁਸੀਂ ਵੀਡੀਓ ਵੀ ਦੇਖ ਰਹੇ ਸੀ, ਉਹ ਕਹਿ ਰਹੇ ਸੀ ਵੀ ਬਰਫ਼ ਅਜੇ ਸਟਿਲ ਉੱਪਰ ਹੈਗੀ ਕਾਫੀ, ਪਰ ਹੁਣ ਕਹਿੰਦਾ ਸਮਰ ਹੋਣ ਕਰਕੇ ਕੁਝ ਬਰਫ਼ ਦੀਆਂ ਤੈਆਂ ਪਤਲੀਆਂ ਹੋ ਗਈਆਂ, ਅਤੇ ਥੱਲੇ ਉਹਨਾਂ ਦੇ ਪਾਣੀ ਆ। ਸੋ ਧਿਆਨ ਦੇ ਨਾਲ ਵੀ ਉਹ ਉੱਧਰ ਨੂੰ ਨਹੀਂ ਜਾਣਾ। ਉੱਪਰ ਸਟਾਫ ਰਹਿੰਦਾ ਵਾ ਜਿਹੜਾ ਰੋਜ਼ ਦੀ ਰੋਜ਼ ਰਸਤੇ ਸਾਫ਼ ਕਰਦਾ ਵਾ, ਅਤੇ ਇਸ ਕਰਕੇ ਇੱਧਰ ਉੱਧਰ ਜੇ ਬਹੁਤਾ ਨਹੀਂ ਜਾਣਾ, ਰਸਤਿਆਂ ਦੇ ਉੱਪਰ ਹੀ ਰਹਿਣਾ ਕਹਿੰਦੇ। ਕਿਉਂਕਿ ਜੇ ਉਹ ਫੋਟੋ ਵਿਖਾ ਰਿਹਾ ਸੀ ਨਾ ਉਹ ਜਿਹੜੀ ਵੀਡੀਓ ਜੀ, ਉਹਦੇ 'ਚ ਕਹਿੰਦਾ ਇੱਕ ਲੇਡੀ ਪਿੱਛੇ ਜੇ 2 ਹਫ਼ਤੇ ਪਹਿਲਾਂ ਸਟੱਕ ਹੋ ਗਈ ਸੀ, ਵੀ ਉਹ ਲੱਕ ਤੱਕ ਖੁੱਭ ਗਈ ਸੀ ਉਹ ਥੱਲੇ ਨੂੰ, ਪਰ ਉੱਥੇ ਹੈਗੇ ਸੀ ਹੈਲਪ ਕਰਨ ਵਾਲੇ, ਉਹਨਾਂ ਨੇ ਉਹਨੂੰ ਕੱਢ ਲਿਆ। ਸੋ ਜਿੰਨਾ ਲਾਈਟ ਭਾਜੀ ਹੁਣਾਂ ਨੇ ਲਿਆ ਸੀ ਨਾ, ਉਨਾ ਸੌਖਾ ਕੰਮ ਹੈ ਨਹੀਂ ਗਾ। ਸੌਖਾ ਇਹਦਾ ਸੈਂਸ ਕਿ ਪ੍ਰਪੇਅਰ ਕਰਕੇ ਜਾਣਾ ਪੈਂਦਾ, ਕਹਿੰਦਾ ਸਨੋਅ ਵਾਜੇ ਉੱਪਰ ਬਹੁਤ, ਵੀ ਤੁਸੀਂ ਸਨੋਅ ਦੇ ਉੱਪਰ ਚੱਲਣਾ ਵਾ। ਸੋ ਆਹ ਜਿਹੜੇ ਬੂਟ ਆ ਜਿਹੜੇ ਇਹਨਾਂ ਦੇ ਵਿੱਚ ਪਾਣੀ ਭਰ ਜਾਣਾ, ਸੋ ਇਸ ਕਰਕੇ ਹੁਣ ਉੱਪਰ ਉੱਦਾਂ ਸ਼ੋਪ ਹੈਗੀ ਹੈ ਕਹਿੰਦੇ ਮਿਲ ਜਾਂਦਾ ਸਮਾਨ, ਅਤੇ ਬੱਸਾਂ ਉਹੀ 10:23 ਤੱਕ ਹੀ ਜਾਂਦੀ, ਉਸ ਤੋਂ ਬਾਅਦ ਬੱਸਾਂ ਨਹੀਂ ਜਾਂਦੀਆਂ, ਕਿਉਂਕਿ ਚਾਹੁੰਦੇ ਆ ਕਿ ਲੋਕ ਮੁੜ ਕੇ ਆਉਣ। ਅਤੇ ਆਹ ਸਾਰੀਆਂ ਚੀਜ਼ਾਂ ਹੈਗੀਆਂ ਜੇ ਜ਼ਰੂਰੀ ਜੇ ਕੋਈ ਆਉਂਦਾ ਕਰਨ 'ਤੇ। ਇਹ ਬਾਰੀ ਤੇਜ਼ ਨਹੀਂ ਜਾਣ ਡਿਆ ਵੀ ਅੱਗੇ ਕੋਈ ਚੀਜ਼ ਚੂਜ਼ ਵੀ ਖਿੱਚੀ ਤੁਰਿਆ ਜਾਂਦਾ ਹੈ ਨਾ। ਇਸ
ਅਸੀਂ ਪਹੁੰਚ ਗਏ ਪਾਰਕਿੰਗ 2 ਤੇ ਇੱਥੋਂ ਹੁਣ ਸਾਨੂੰ ਲੈਣੀ ਪਊਗੀ ਆਈ ਥਿੰਕ ਇੱਕ ਹੋਰ ਬੱਸ ਉਹਦੇ ਪੈਸੇ ਵੱਖਰੇ ਨਾ ਕਿੰਨੇ ਪਿਆ ਕਰੋ ਪਤਾ ਨਹੀਂ ਬੂਟਾਂ ਦਾ ਰੈਂਟ 35 ਯੂਰੋ ਆ ਟੋਪੀ ਆੜੀ ਆਲਮੋਸਟ 50 ਯੂਰੋ ਸਵੈਟਰ ਦੇਖੋ 10,000 ਦਾ ਚਲੋ ਭਾਜੀ ਪੇਰੂ ਸਵੈਟਰ ਮਿਲਦਾ ਸੀ 800 ਰੁਪਏ ਦਾ ਆਹ ਹੀ ਹੈ ਇਦਾਂ ਦਾ ਹੈ 800 ਰੁਪਏ ਦਾ ਨਾ ਯੂ ਆਰ ਇਨ ਨਾਰਵੇ ਬ੍ਰੋ 2 ਮਹੀਨੇ ਪਾਇਆ ਕੁਝ ਨਹੀਂ ਹੋਇਆ ਉਹਨੂੰ ਸੋ ਪਾਰਕਿੰਗ 2 ਤੋਂ ਇੱਥੋਂ ਤੁਸੀਂ ਰੈਂਟ ਕਰ ਸਕਦੇ ਆ ਤਾਂ ਤੁਹਾਨੂੰ ਇਹ ਦੱਸਤਾ ਵਾ ਅਪਰੋਕਸੀਮੇਟਲੀ ਪੈਸਿਆਂ ਦਾ ਤੁਹਾਨੂੰ ਪਤਾ ਲੱਗ ਗਿਆ 35 ਇਹਦੇ ਵਿੱਚ ਦੇ 350 ਕਰੋਨ ਦੇ ਵਿੱਚ ਇਹ ਦੇ ਰਹੇ ਆ ਬੂਟ ਰੈਂਟ ਦੇ ਜੋ 31 ਯੂਰੋ ਬਣਦੇ ਅਪਰੋਕਸੀਮੇਟਲੀ ਸੋ ਮਹਿੰਗਾ ਹੀ ਇਹ ਕੰਮ ਅਤੇ ਹਾਂ ਇੱਥੋਂ ਚੜ੍ਹਾਈ ਚੜ੍ਹ ਕੇ ਅਗਲੀ ਆਪਣੀ ਬੱਸ ਆਪਾਂ ਨੂੰ ਮਿਲਣੀ ਇੱਥੋਂ ਸੋ ਇਹੜੇ ਪੁਆਇੰਟ ਤੋਂ ਵੀ ਪਰ ਪਰਸਨ 150 ਕਰੋਨ ਲੱਗਦਾ ਅਤੇ ਉੱਪਰ ਥੱਲੇ ਆਉਣ ਦੀ ਟਿਕਟ ਨਹੀਂ ਨਹੀਂ ਭਾਅ ਜੀ ਉੱਪਰ ਜਾਣ ਦੀ ਸਿਰਫ ਨੀਚਿਆਂ ਦੇ 100 ਅਲੱਗ ਲੱਗਣੇ ਆ ਅੱਛਾ ਮੈਨੂੰ ਤੂੰ ਪੁੱਛਣ ਡਿਆ ਸੀ ਨਾ ਮੈਨੂੰ ਨਹੀਂ 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 ਉੱਪਰ ਜਾਣ ਦੀ ਆ 150 ਥੱਲੇ ਆਉਣ ਦੀ 100 ਅਲੱਗ ਸੋ 250 ਪਰ ਪਰਸਨ ਲੱਗਣਾ ਭਾਅ ਨੀਚੇ ਭਾਅ ਆਪ ਹੀ ਜਾਂਗੇ ਤੁਰ ਕੇ ਆ ਜਾਂਗੇ ਦੇਖਦੇ ਆ ਚਲੋ ਦੇਖ ਲਾਂਗੇ ਹਾਂ ਸੋ ਜੇ ਤਾਂ ਇੱਥੋਂ ਜਾਣਾ ਸੋ 250 ਕਰੋਨ ਪਰ ਪਰਸਨ ਇਹ ਹੋ ਗਿਆ ਤੇ ਬੱਸ ਕਹਿੰਦੇ ਵੀ ਬੱਸ ਤੁਹਾਡੇ ਕੋਲ ਟਿਕਟ ਹੋਣੀ ਚਾਹੀਦੀ ਆ ਇਹ ਨਹੀਂ ਕਿ ਜਿਹੜੀ ਟਿਕਟ ਇਸੇ ਬੱਸ ਦੀ ਆ ਜੇ ਲੰਘੀ ਆ ਤੁਸੀਂ ਦੂਸਰੀ ਚੜ੍ਹ ਜਾਓ ਦੂਸਰੀ ਤੀਸਰੀ ਚੜ੍ਹ ਜਾਓ ਪਰ ਜਿੱਦਾਂ ਉੱਥੇ ਥੱਲੇ ਦੱਸਿਆ ਸੀ ਥੱਲੇ ਹੁਣ ਲਾਸਟ ਬੱਸ 10:30 ਹੀ ਆਉਂਦੀ ਹੈ ਹਾਂ ਹਾਂ ਇੱਥੋਂ ਵੀ ਕੋਈ ਆਈ ਥਿੰਕ ਲਾਸਟ ਬੱਸ 11:30 ਨਿਕਲ ਜਾਂਦੀ ਹੈ ਚਲੋ ਭਾਅ ਜੀ ਹੁਣੇ ਗਏ ਹਲਕੇ ਹੁਣ ਉਹ ਹੋ ਗਏ ਆਉਂਦੇ ਆ ਫਿਰ ਚੜ੍ਹਦੇ ਬੱਸ ਦੇ ਵਿੱਚ ਹਾਂ ਬਸ ਆੜੇ ਪੁਆਇੰਟ ਤੱਕ ਛੱਡ ਕੇ ਜਾਂਦੀ ਹੈ ਹੈ ਨਾ ਇਸ ਤੋਂ ਅੱਗੇ ਹੁਣ 10 ਕਿਲੋਮੀਟਰ ਦਾ ਸਫ਼ਰ ਬੜੇ ਸਤਿ ਸ੍ਰੀ ਅਕਾਲ ਚਲੋ ਜੀ ਇੱਥੋਂ ਅਸੀਂ ਕਰ ਰਹੇ ਹਾਂ ਆਗਾਜ਼ ਟਰੋਲ ਟੁੰਗਾ ਦਾ ਅਤੇ ਲੈਟਸ ਸੀ ਪਿੱਛੇ ਜਿੱਦਾਂ ਤੁਸੀਂ ਬੋਰਡ ਦੇਖਿਆ ਹੀ ਹੋਣਾ ਵਾ ਉੱਥੇ ਲੱਗਾ ਵੀ ਸੀ ਇਹਦੀ ਐਲੀਵੇਸ਼ਨ ਹੈਗੀ 800 ਮੀਟਰ ਅਤੇ ਮੈਂ ਇੱਕ ਵਾਰੀ ਆਪਣੀਆਂ ਪੁਰਾਣੀਆਂ ਜਿਹੜੀਆਂ ਹਾਈਕ ਵਾਲੀਆਂ ਵੀਡੀਓ ਦੱਸਿਆ ਸੀ ਕਿ ਇੱਥੋਂ ਕੁ ਤੱਕ 500 ਕੁ ਮੀਟਰ ਤੋਂ ਲੈ ਕੇ 1000 ਕੁ ਮੀਟਰ ਤੱਕ ਜਿਹੜੀ ਹਾਈਕ ਹੁੰਦੀ ਇਹਨੂੰ ਮੋਡਰੇਟ ਜਿਹੀ ਮੰਨਦੇ ਆ ਵੀ ਇੱਕ ਲੈਂਥ ਵੀ ਮੈਟਰ ਕਰਦੀ ਕਿੰਨੀ ਕੁ ਲੰਬੀ ਆ ਪਰ ਹਾਂ ਇਹ ਮੋਡਰੇਟ ਜਿਹੀ ਕੀਤੀ ਜਾਂਦੀ ਹੈ ਕੰਸਿਡਰ ਜਿਹੜੀਆਂ ਹਾਰਡ ਹੁੰਦੀਆਂ ਉਹ ਵੀ ਇੱਕ ਨੋਰਮਲ ਬੰਦੇ ਲਈ ਈਵਨ ਨੋਰਮਲ ਕਿ ਜਿਹੜਾ ਅਕਸਰ ਜਾਂਦਾ ਰਹਿੰਦਾ ਹਾਈਕ ਉਹਦੇ ਲਈ ਵੀ ਟੱਫ ਹੋ ਜਾਂਦੀਆਂ ਜਿਹੜੀਆਂ ਹਾਰਡ ਕੈਟੇਗਰੀ ਦੇ ਵਿੱਚ ਆਉਂਦੀਆਂ ਉਹਦੇ ਲਈ ਤੁਹਾਨੂੰ ਬਾਹਲਾ ਹੀ ਪ੍ਰੋ ਲੈਵਲ ਦਾ ਹਾਈਕਰ ਹੋਣਾ ਜ਼ਰੂਰੀ ਹੈ ਤੁਹਾਡਾ ਸੇਠੀ ਸਾਹਿਬ ਨਵਾਂ ਨਵਾਂ ਨੁਕਸਾਨ ਹੋਇਆ ਐਨਕਾਂ ਟੋਪੀ ਦੇ ਉੱਤੇ ਲਾਈਆਂ ਸੀ ਅਤੇ ਪਤਾ ਨਹੀਂ ਕਿਹੜੇ ਤਰ੍ਹਾਂ ਝੌਕੇ ਮਾਰਦਾ ਪਤਾ ਨਹੀਂ ਚੜ੍ਹਦਾ ਆਇਆ ਅਤੇ ਉਹ ਡਿੱਗੀਆਂ ਇਹਨੂੰ ਪਤਾ ਵੀ ਨਹੀਂ ਲੱਗਾ ਕਿਤੇ ਬੱਸ ਤਾਂ ਨਹੀਂ ਕਿਤੇ ਰੱਖਦੀਆਂ ਸੀ ਸੀਟ 'ਤੇ ਇੱਕ ਨਾ ਵੀਡੀਓ ਬੜੀ ਵਾਇਰਲ ਹੁੰਦੀ ਹੁੰਦੀ ਆ ਉਹ 'ਚ ਲਿਖਿਆ ਨਹੀਂ ਹੁੰਦਾ ਵਟ ਯੂ ਸੀ ਇਨ ਮਾਈ ਹਾਈਕਿੰਗ ਹੈ ਨਾ ਅਤੇ ਵੱਟ ਕਹਿੰਦਾ ਐਕਚੁਲੀ ਇਟ ਸਾਊਂਡ ਸੋ ਭਾਈ ਇਸ ਵੇਲੇ ਉਹ ਹਾਲ ਹੋਣਾ ਵਾ ਹੁਣ ਚੜ੍ਹੀ ਆਏ ਉੱਦਾਂ ਦੇ ਪਰ ਮੈਂ ਨਾ ਅਸਲ ਦੇ ਵਿੱਚ ਹੁਣ ਮੈਨੂੰ ਕਈ ਦਿਨ ਹੋ ਗਏ ਮੈਂ ਤਾਂ ਡਰਾਈਵ ਕਰੀ ਜਾਂਦਾ ਹੈ ਨਾ ਬਹਿ ਬਹਿ ਕੇ ਬੁਰੇ ਹਾਲ ਅਤੇ ਮੈਨੂੰ ਫੀਲ ਹੁੰਦਾ ਵਾ ਕਿ ਰੀਅਲੀ ਬੈਡ ਸ਼ੇਪ ਲੋਕਾਂ ਨੇ ਘਰ ਕਿੱਥੇ ਕਿੱਥੇ ਬਣਾਏ ਦੇਖੋ ਉਹ ਜਿਹੜੀ ਸਾਡੇ ਅੱਗੇ ਟੋਲੀ ਜਾ ਰਹੀ ਹੈ ਨਾ ਉਹ ਸਾਡਾ ਹੌਂਸਲਾ ਬੰਦੀ ਆ ਕਿਉਂਕਿ ਅਸੀਂ ਉਹ ਸਾਰੇ ਪ੍ਰੋ ਜਿਹੇ ਲੱਗਦੇ ਬੜੇ ਫਿੱਟ ਜੇ ਪਰ ਆਪਣਾ ਜਿਹੜਾ ਡਿਸਟੈਂਸ ਆਪਾਂ ਮੇਨਟੇਨ ਕਰਕੇ ਰੱਖਿਆ ਉਹਨੇ ਕੀ ਅੱਗੇ ਆ ਜੇ ਉਹ ਬਾਹਲੀ ਦੂਰ ਚੱਲ ਜਾਣ ਫਿਰ ਸਾਨੂੰ ਫੀਲ ਹੋਣਾ ਸੀ ਲਵਲੀ ਭਾਅ ਜੀ ਨਹੀਂ ਦਿਖ ਰਿਹਾ ਕਿਤੇ ਸਾਈਡ ਦੇ ਵਿੱਚ ਭਾਅ ਜੀ ਨਾ ਇੱਕ ਗੱਲ ਹੋਰ ਯਾਰ ਕਹਿੰਦੇ ਕਮਾਵਾਂਗੇ ਫਿਰ ਟਰੈਵਲ ਕਰਾਂਗੇ ਦਿਸ ਕੈਨ ਨਾਟ ਬੀ ਡਨ ਆਫਟਰ 40 ਜੇ ਤੁਸੀਂ ਪ੍ਰੋ ਲੈਵਲ ਫਿੱਟ ਨਹੀਂ ਦੇ ਇੱਕ ਦੇਖੋ ਹੁੰਦਾ ਕਿ ਟਾਈਮ ਮਨੀ ਐਨਰਜੀ ਇਤਨੇ ਦਿਨ ਤੱਕ ਕਦੇ ਇਕੱਠੇ ਟਾਈਮ ਨਹੀਂ ਹੁੰਦੀਆਂ ਜਦੋਂ ਆਪਾਂ ਛੋਟੇ ਹਾਂ ਆਪਣੇ ਕੋਲ ਟਾਈਮ ਐਨਰਜੀ ਹੈ ਪੈਸੇ ਨਹੀਂ ਹੈਗੇ ਜਵਾਨ ਹੋ ਗਏ
पैसे या एनर्जी या टाइम नहीं हैगा। बुढ़े हो गए, टाइम है, पैसे या एनर्जी नहीं हैगी। वक्त कढ लेना चाहिए। हसदा हसदा खिखड़ांदा गबरू लवली से। इत्थे लगे हैं थोड़ा चिर बहन। लवली भाजी पछड़ रहे ने, तो अं क्या भी कल इन्हों का पिछे आद्या आद्या इन्हों की हाइकिंग होर बोर तो डिफिकल्ट होनी है। अं तो गल करते तुरे जा रहे पर डिसाइड किया बिजनेस डीलां भी नाल हो रही। ग्रीडी हो रहा बंदा है तो अं क्या चल इतने बह कुछ खा ही लेने व्यू चेक करो तीन इतों। कोई जमाना नहीं पाऊ भलाई का। अं भाजी करके रुके हैं भी चल नार रल जाएंगे तो इतों कुछ करके तुरते अं तो दो मिनट व्यू वेखन लगे भाजी होने तह चढ़ाइया चढ़ के है जैसे एक लड़का और लड़की कभी दोस्त नहीं हो सकते, एक इंडियन और पाकिस्तानी कभी दोस्त नहीं हो सकते। भाई लागे खलोंदा ही नहीं, अं नार लाउन करके रुके हैं भाजी फिर गा लाँगे। लवली भाजी के फाइनली थोड़े जे पैसे वसूल हो जाने, जाने के पैंतियां जो दस क हो जाने वसूल इतने। फाइनली बर्फ आ गई है यार, तुसी कह के ना वो स्वाद सारा खत्म कर देंदे, वो मेरे 10,000 ताडे। हाँ चलो पाकिस्तानी 10,000 तो नहीं, 2,000 ताडा वसूल हो जाना हुण। गोरे भरावा सही है, आपां कि इवें खेखण करदे आ हुण इहदे विच ना। हैं तुसी उहनां दे नाल आओ भी सनलाइट बर्फ से पै के अखा नूं इन्नी परेशान कर रही ना, इन्नी ब्राइट है ना। पर उन्हें तो सैट लिया मेरे को बैग च है एक अभिजोत भाजी उन्होंने वालों गिफ्ट दतिया एनक एक आप दया वैसे भुल गया ही बारसीलोना, वो भी मेरे को रह गई मैं वह भी कित भुल गया हूँ मेरे किसी होर फ्रेंड को। भाजी आ रहे हैं सोहनी कंपनी के भाजी, रस्ता दे दो वो तेज है। थैंक यू अभिजोत भाजी, ताड़ियाँ ग्लासेस अज फिर काम आ रही हैं, वाकई टू ब्राइट हो गया ही काम। आते चलो बड़ा डूंगा नहीं गा थले है पत्थर जहा, सो यह जी थावा तो गोरा थले समझा रहा है कि बी केयरफुल। हाँ कच्ची नहर दे कोल सी टिकाना मित्रां दा, बंद हो गया उस पिंड हुण जाना मित्रां दा, उस पिंड दे गेट दी याद दवाया ना करनी, उस पिंड दे आय 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 गेट दी याद इत्थों चलिया गेट दवाया ना करनी, हाथ जोड़ के कहने चेते आया ना करनी। लोगों ने भी तो कहना साला बड़ा दुखी लगता है ना जी, है आ जाना चलेंगे यार पक्का आऊगा, ये भी गल पक्की होगी डन होगी, मशहूर कर देना आप एक्स का पिंड। उत्थे जिहड़ा भी पिंड जाऊ ना मेरा साबी ना लिख के आना, तुसीं कंधां ते साबी 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 सही गल ठीक है भाई, जिहड़ा भी ओहड़े पिंड ते लागे जांदा ओहदे पिंड ते किसे भी कच्ची कुच्ची कंधे साबी लिखा है। जेठी साहब ने आए मैं करिया करना बस बस हूँ यार जिंदगी दो तीन काम करने बाला नहीं यार, मैं भी कई यार ग्रीडी हो जाता सही गल नहीं नहीं मैं बहुत है ना कि मैं स्ट्रैच बगा पर नहीं यार हूँ है ना एक स्टॉप ला के ना दो शौक पूरे करने एक लास्ट है हूँ घूमन का तो कर ही रहा मैं नालों नाल नहीं नहीं गिटार सीखनी यार कभी पता नहीं कभी जिंदगी पॉसीबल होगी है आए 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 आई होप साडी बकवास दे नाल नाल तुसीं व्यू भी इंजॉय करते जा रहे होंगे। सो ये होंदियां वा की कहिंदे हुंदे लूज टॉक, क्योंकि जिहड़ी सेंसिबल टॉक हुंदी ना वह बंदा फ्लैट जे मूड दे विच करदा, जदों बहुत ज़्यादा खुश होवे उदों भी बकवास हो जांदी हुंदी, जदों बहुत ज़्यादा उदास होवे उदों भी बकवास हो जाती होंगी। सो ये लूज टॉक के जुमरे के आ रही है, सो इनू ज़्यादा सीरीयस ना लिया जाए
जनहित दे विच जारी। आपां 30% अपना जे सफर कंप्लीट होया, पर चंगी गल इह आ कि हुण आपां जिहड़ी चढ़ाई आ ना एलीवेशन उह ज़्यादा नहीं, उह हुण आपां एक दो वारी थले नूं जाणा फिर तां नूं जाणा, बट टू मच नहीं हैगी। सो थले बापू आपां नूं इन्हां चीज़ां बारे दसदा सी कि इदां दा पानी वेख के ना जाना नहीं गा बहुता लागे, भी दूरों ही क्रॉस करना, भी हो सकता उत्थे हुण आइस की परत बहुत बरीक होवे ते टुट के थले तुसीं निकल जाओ। हाँ जी, है पानी भी साउंड यार सो नाइस। ओ सच्ची यार म्यूजिक रात नूं रात भी गुजार सकते हैं, पर रस्ते दे नहीं, इन्होंने सैडा सूडा ते बनाईया वा जिथे तुसीं कैंप ला सकते हैं, है ना, थावां दित्तियां। एक तो पौ ला के बैठा कैंप, जिदा कि ओ कपल जा रहे उन्होंने को समान काफ़ी आ, तो उन्होंने अपना मैट्रस जहा भी सैड पर बन्या गद्दे जला, सो इन्होंने रात इतने रहे कैंप के हुणे वापस जा रहे चावा वगैरह पी गए। यार नॉर्वे की यह गल बहुत चंगी लगी कि तुसीं नैशनल पार्कां दे विच रह सकते हैं, मैं कित नहीं होर देखा नैशनल पार्क रहने वास्ते तुहानू परमिट लैने पैंदे, दिस करो दैट करो एवरीवेयर, हाँ परमिट पहले एडवांस बुकिंग करो फीस पे करो भी लिमिटेड। चलो अपने वधिया भी जिहड़ा जिथे मर्जी रह जाए, है ना। ਜਿਹੜੀ ਉੱਪਰ ਪਹਾੜੀ ਆ ਉਹ ਬਹੁਤ ਸਿੱਧੀ ਸਟੀਪ ਆ, ਤੇ ਉਹ ਕਹਿੰਦਾ ਵੀ ਉੱਤੋਂ ਕਈ ਪੱਥਰ ਡਿੱਗ ਪੈਂਦੇ ਆ, ਤੇ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਨੂੰ ਕੋਈ ਇੰਜਰੀ ਹੋ ਜਾਏ, ਸੋ ਇਹ ਇੱਕ ਰੀਜ਼ਨ ਆ। ਤੇ ਇੱਕ ਉਹਨੇ ਹੋਰ ਕਿਹਾ ਕਿ ਇਹਦੇ ਵਿੱਚ ਜਿੱਥੇ ਤੁਸੀਂ ਸੌਣਾ ਨਾ ਗੱਡੀ ਦੇ ਵਿੱਚ, ਇੱਕ ਰੂਲ ਆ ਰੈਗੂਲੇਸ਼ਨ ਆ ਕਿ ਦੋਨੋਂ ਗੱਡੀਆਂ ਦੇ ਦਰਮਿਆਨ 4 ਮੀਟਰ ਦਾ ਫਾਸਲਾ ਹੋਣਾ ਚਾਹੀਦਾ ਵਾ ਇਨ ਕੇਸ ਆਫ ਫਾਇਰ ਐਮਰਜੈਂਸੀ ਈਜ਼ਲੀ, ਯਾਨੀ ਕਿ ਅਵੈਕੂਏਸ਼ਨ ਵਾਸਤੇ, ਅਤੇ ਉਹ ਕਹਿੰਦਾ ਉਹ ਹੈ ਨਹੀਂ ਗਾ ਇਹਨਾਂ ਪਾਰਕਿੰਗਾਂ ਦੇ ਦਰਮਿਆਨ, ਸੋ ਇਸ ਕਰਕੇ ਵੀ ਇਹ 2 ਰੂਲ ਕਹਿੰਦਾ ਵੀ ਪ੍ਰੋਬਲਮ ਬਣਦੇ ਆ, ਇਸ ਕਰਕੇ ਅਸੀਂ ਰਾਤ ਇੱਥੇ ਗੁਜ਼ਾਰਨ ਗੱਡੀ ਦੇ ਵਿੱਚ ਨਹੀਂ ਦੇ ਸਕਦੇ, ਵੀ ਗੱਡੀ ਪਾਰਕ ਲਾ ਕੇ ਭਾਵੇਂ ਰਾਤ ਨੂੰ ਕਿਤੇ ਚੱਲ ਜਾਓ ਪਰ ਸੌਣਾ ਨਹੀਂ ਵਿੱਚ। ਇਹਨਾਂ ਏਰੀਆਜ਼ ਦੇ ਵਿੱਚ ਕਹਿੰਦੇ ਜੇਮਸ ਬੌਂਡ, ਜੇਮਸ ਨਹੀਂ ਮਿਸ਼ਨ ਇੰਪੋਸੀਬਲ ਆ ਨਾ ਉਹਦੀ, ਹਾਂ ਟੋਮ ਕਰੂਜ਼ ਨੇ ਸ਼ੂਟ ਕੀਤਾ ਇੱਥੇ, ਅਤੇ ਅਸੀਂ ਉਹੀ ਗੱਲਾਂ ਕਰਦੇ ਸੀ ਵੀ ਇਹਨੇ ਕੇਸ ਅਸੀਂ ਕਦੇ ਇੰਨੇ ਮਸ਼ਹੂਰ ਹੋ ਜਾਈਏ ਫਿਰ, ਹੈ ਨਾ, ਅਤੇ ਅਸੀਂ ਕੁਝ ਹੋਰ ਉਹਦੇ ਵਿੱਚ ਇੱਕ ਗੰਦੀ ਹਰਕਤ ਐਡ ਕਰ ਰਹੇ ਸੀ ਵੀ ਅਸੀਂ ਕਹਿਣਾ ਉਹ ਵੀ ਲੋਕਾਂ ਨੇ ਫਿਰ ਪੋਜ਼ੀਟਿਵ ਲੈ ਜਾਣੀ, ਉਹਨਾਂ ਕਹਿਣਾ ਉਹਨਾਂ ਨੇ ਇੱਥੇ ਆ ਕੇ ਇਹ ਕੀਤਾ ਸੀ, ਹੈ ਨਾ, ਵੀ ਜੇ ਆਪਾਂ ਫੇਮਸ ਹੋ ਗਏ ਕਦੀ ਦਾ। ਸੋ ਕਦੀ ਕਦੀ ਇਹੋ ਜਿਹੀਆਂ ਥਾਵਾਂ 'ਤੇ ਬੂਟਾਂ ਦੀ ਚੰਗਿਆਂ ਦੀ ਲੋੜ ਪੈਂਦੀ ਆ, ਸਲਿਪਰੀ ਨਾ ਹੋਣ, ਕੋਈ ਫੈਂਸੀ ਪਾ ਕੇ ਨਾ ਆ ਜਾਏ, ਲੈਦਰ ਲੂਦਰ ਵਾਲੇ, ਸੱਟ ਪੇਟ ਲੱਗੂਗੀ ਤਿਲਕ ਕੇ। ਪਹਿਲਾ ਪਰਚਾ ਉਦੋਂ ਹੋ ਗਿਆ ਸੀ ਜਦੋਂ ਹੁੰਦਾ ਸੀ ਮੈਂ। ਪਹੁੰਚੇ ਹਾਂ ਜੀ ਹੁਣ ਆਪਾਂ ਇਹ ਸੋਹਣੀ ਜੀ ਪਤਾ ਨਹੀਂ ਕੀ ਲੇਕ ਕਹੀਏ ਕੁਛ ਵੀ ਵਿਚਕਾਰੇ ਪਹਾੜਾਂ ਦੇ, ਦੇਖੋ ਦਰਮਿਆਨ ਬਹੁਤ ਖੂਬਸੂਰਤ, ਅਤਿਅੰਤ ਖੂਬਸੂਰਤ। ਅਤੇ ਇੱਕ ਗੱਲ ਦੱਸਦਾ ਕਿ ਇੰਨੀ ਔਖੀ ਹਾਈਕ ਨਹੀਂ ਸੋ ਫਾਰ, ਸਿਰਫ ਸਟਾਰਟਿੰਗ 'ਚ 2 ਕਿਲੋਮੀਟਰ ਹਾਰਡ ਸੀ, ਜ਼ਿਆਦਾ ਬਾਅਦ ਦੇ ਵਿੱਚ ਪਤਾ ਨਹੀਂ ਸਰੀਰ ਵੀ ਗਰਮ ਹੋ ਗਿਆ, ਪਰ ਬਾਅਦ ਦੇ ਵਿੱਚ ਇੰਨੀ ਐਲੀਵੇਸ਼ਨ ਵੀ ਨਹੀਂ ਆਈ। ਸੋ ਜੇ ਕੋਈ ਆਉਣਾ ਚਾਹੁੰਦਾ ਵਾ ਬਾਹਲਾ
ਘਬਰਾਉਣ ਦੀ ਲੋੜ ਨਹੀਂ ਕਿਲੋਮੀਟਰ ਵਗੈਰਾ ਵੇਖ ਕੇ ਸੋ ਪੋਸੀਬਲ ਆ ਚੀਜ਼ ਆ ਗਿਆ ਛਾਲਾ ਮਾਰਦਾ ਮੁੰਡਾ ਆ ਗਿਆ ਉਹਦਾ ਵਿਊ ਹੋਰ ਤੋਂ ਹੋਰ ਕਲੀਅਰ ਹੋਈ ਜਾ ਰਿਹਾ ਜਿਨ੍ਹਾਂ ਨੇ ਪਿਛਲੀ ਵੀਡੀਓ ਨਹੀਂ ਦੇਖੀ ਮੈਂ ਦੁਬਾਰਾ ਇਸ ਦੇ ਵਿੱਚ ਉਹ ਚੀਜ਼ ਰਿਪੀਟ ਕਰਦਾ ਸਿਰਫ 4 ਮਹੀਨੇ ਹੀ ਖੁੱਲ੍ਹਦੇ ਆ ਜਿਹੜੀ ਹਾਈਕ ਜੂਨ ਜੁਲਾਈ ਅਗਸਤ ਐਂਡ ਸਪਤੰਬਰ ਹਾਂ ਸਿਰਫ 4 ਮਹੀਨੇ ਸੋ ਜੇ ਕਿਸੇ ਨੇ ਪਲੈਨ ਕਰਨਾ ਡੈਫੀਨੇਟਲੀ ਇਹਨਾਂ ਮਹੀਨੇ ਪਲੈਨ ਕਰਿਓ ਇੱਕ ਛੋਟਾ ਜਿਹਾ ਵਾਟਰਫਾਲ ਆਇਆ ਬੜਾ ਕਿਊਟ ਜਿਹਾ ਮੈਂ ਇਹਨੂੰ ਤਾਂ ਕਰਨਾ ਚਾਹੀਦਾ ਉਈ 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 ਇਹਦੇ ਵਾਸਤੇ ਤੂੰ ਬਣਾ ਲਾ ਪਹਿਲਾਂ ਵੱਡੇ ਵੱਡੇ ਝਰਨਿਆਂ ਦੀਆਂ ਲੈ ਲਾ ਹੈ ਨਾ ਰੀਲ ਬਾਅਦ 'ਚ ਇੱਕ ਛੋਟੇ ਜਿਹੇ ਲਾ ਕੇ ਕੁਛ 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 ਬਹੂ ਦੇ ਵੀ ਜੁੱਤੇ ਪਾਏ ਆ ਵੇਖੋ ਉਹ ਸਾਹਮਣੇ ਡੋਮ ਜੇ ਬਣੇ ਆ ਇਹ ਪਤਾ ਨਹੀਂ ਹੁਣ ਵੀ ਰੈਂਟ ਕਰਦੇ ਆ ਜਾਂ ਸਟਾਫ ਵਗੈਰਾ ਵਾਸਤੇ ਆ ਆਗੁਆ ਦੇ ਮੋਂਟਾਨਸ ਹਾਂ ਮੋਂਟਾਨੀਆਸ ਆਪਾਂ ਇੱਧਰੋਂ ਥੱਲੇ ਜਿਹਨੂੰ ਉੱਤਰ ਕੇ ਫਿਰ ਉੱਧਰੋਂ ਚੜ੍ਹਦੇ ਹੋਏ ਲਵਲੀ ਭਾਅ ਜੀ ਉਹੀ ਨੇ ਕਹਿ ਰਹੇ ਸੀ ਇਹਨਾਂ ਵਲੌਗ ਨਹੀਂ ਬਣਾਉਣੇ ਇਹ ਤਾਂ ਇਹ ਦੋਵੇਂ ਨੇ ਬਣਾਉਂਦੇ ਨੇ ਇੰਨਾ ਟਾਈਮ ਨਾਲ ਵਲੌਗ ਇੱਥੋਂ ਮੈਂ ਕਿਹਾ ਫਾਸਟ ਪੇਸ 'ਚ ਜਾਵਾਂਗੇ ਥੱਲੇ ਗਏ ਤੇ ਪਰ ਹੀ ਹੈ ਨਾ ਅਤੇ ਟਰੋਲ ਟੁੰਗਾ ਦਾ ਮਤਲਬ ਜਿਵੇਂ ਕਹਿੰਦੇ ਆ ਵੀ ਟਰੋਲ ਮੀਨਸ ਸਮਥਿੰਗ ਮਿਥੀਕਲ ਕ੍ਰੀਏਚਰ ਅਤੇ ਟੁੰਗਾ ਮੀਨਸ ਟੰਗ ਸੋ ਉਹਨੂੰ ਕਿਹਾ ਜਾਂਦਾ ਕਿਸੇ ਕੋਈ ਕ੍ਰੀਏਚਰ ਆ ਉਹਦੀ ਜੀਭ ਹੀ ਆ ਉਹਦੀ ਜਗ੍ਹਾ ਹੈ ਨਾ ਸੋ ਹੋਰ ਤਾਂ ਸਾਨੂੰ ਪਤਾ ਨਹੀਂ ਪਰ ਉਹਨੇ ਸਾਡੀ ਜੀਭ ਕਢਾ ਦੇਣ ਲੱਗੀ ਆ ਪਤਾ ਨਹੀਂ ਕਿੱਥੇ ਰਹਿ ਗਈ ਆ ਹੁਣ ਦਾ ਨਾਂ ਹੀ ਨਹੀਂ ਲੈਣ ਦੀ ਹਾਂ ਇੱਥੇ ਬੰਨ ਜਿਹਾ ਲਾਇਆ ਇਹਨਾਂ ਨੇ ਪਾਣੀ ਨੂੰ ਕਿਉਂਕਿ ਇੱਥੇ ਜ਼ਿਆਦਾ ਹੋਣਾ ਵਾ ਆ ਉੱਥੇ ਮੀਟਰ ਜਿਹਾ ਵੀ ਲਾਇਆ ਉੱਥੇ ਕਿੰਨੀ ਡੂੰਘਾਈ ਹੈ ਦੇਖਦੇ ਹਾਂ ਲੈਟਸ ਚੈੱਕ ਉੱਧਰ ਨੂੰ ਜਾਣਾ ਕੋਈ ਬਾਹਲਾ ਸੇਫ ਤਾਂ ਨਹੀਂ ਹੈ ਪਤਾ ਨਹੀਂ ਕੀ ਹੁਣ ਭਾਅ ਜੀ ਸਮਝ ਨਹੀਂ ਆ ਰਹੀ ਮੀਟਰਾਂ ਮੂਟਰਾਂ ਦੀ ਹੈ 9-10 ਹੈ ਨਾ 0 ਹੋ ਜਾਂਦੀ ਫਿਰ 1-2 ਚੱਲ ਪੈਂਦਾ ਉਹ ਇੱਕ ਆਹ ਵੀ ਇੱਥੇ ਵੀ ਲਿਖਿਆ ਕੁਛ ਸ਼ਾਇਦ ਕੈਮਰੇ ਦੇ ਵਿੱਚ ਦਿਖ ਜੇ ਹੁਣ ਮੈਨੂੰ ਨੰਗੀਆਂ ਅੱਖਾਂ ਨਾਲ ਨਹੀਂ ਦਿਖ ਰਹੀ ਹਾਂ ਕੀ ਲਿਖਿਆ ਕਿਉਂਕਿ ਧੁੱਪ ਬਹੁਤ ਪੈ ਰਹੀ ਬ੍ਰਾਈਟ ਬਹੁਤ ਹੈ ਨਾ ਲਾਗਿਓ ਸਨੋ ਫਾਈਨਲੀ ਆਪਾਂ ਪਹੁੰਚ ਗਏ ਤਾਂ ਭੀੜ ਵੇਖੋ ਲਾਈਨ ਸਿਰ ਲੱਗੇ ਲੋਕ ਇਕੱਲਾ ਇਕੱਲਾ ਜਾ ਕੇ ਫੋਟੋ ਖਿਚਾ ਰਿਹਾ ਵਾ ਲਾਈਨ ਲੱਗੀ ਆ ਬਟ ਯਾਰ ਵਿਊ ਵਾਸਤੇ ਵਾਓ ਯਾਰ ਭਾਈ ਟੋਟਲੀ ਵਰਥ ਇਟ ਹੈ ਬਿਊਟੀਫੁਲ ਯਾਰ ਜੋ ਮਰਜ਼ੀ ਆ ਉਹ ਸੈਂਡ ਜਿਹਦੇ ਨਾ ਉਹ ਪੀਸ ਜਿਹਾ ਹੈ ਬਹੁਤ ਪਤਲਾ ਜਿਹਾ ਵਾ ਨਾ ਡਰ ਆਉਂਦਾ ਵਾ ਕਈ ਤਾਂ ਸਾਲੇ ਵਾਕਈ ਛਾਲਾਂ ਮਾਰ ਕੇ ਨਾ ਛਾਲ ਮਾਰਦੇ ਆ ਤਾਂ ਲਾਈਵ ਫੋਟੋ ਖਿੱਚ ਲੈਂਦੇ ਆ ਅਤੇ ਲਾਈਵ ਬਾਅਦ 'ਚ ਫੋਟੋ ਨੂੰ ਅੱਗੇ ਪਿੱਛੇ ਕਰਕੇ ਹਵਾ 'ਚ ਖੁਦ ਨੂੰ ਦਿਖਾ ਦਿੰਦੇ ਆ ਫਾਈਨਲੀ ਲੱਗ ਗਏ ਆਪਾਂ ਵੀ ਲਾਈਨ ਦੇ ਵਿੱਚ 15-20 ਮਿੰਟਾਂ ਬਾਅਦ ਕਿਉਂਕਿ ਹੁਣ ਪੂਰਾ ਪੂਰਾ ਟਾਈਮ ਹੀ ਆ ਸੋ ਸਾਨੂੰ 4.5 ਘੰਟੇ ਲੱਗੇ ਆਉਂਦੇ ਨੂੰ ਤਾਂ ਜਾਂਦੇ ਹਾਂ 3 ਘੰਟਿਆਂ 'ਚ ਕਰ ਲਾਂਗੇ ਉੱਦਾਂ ਅਸੀਂ ਆਉਂਦੇ ਹਾਂ ਜ਼ਿਆਦਾ ਹੀ ਮਜ਼ੇ ਲੈਂਦੇ ਆਏ ਬਹੁਤ ਰੁਕ ਰੁੱਕ ਕੇ ਆਏ ਹਾਂ ਵਿਚ ਇਜ਼ ਨੋਟ ਬੈਡ ਲੈ ਵੀ ਕਿਸੇ ਨੇ ਇਹਨੂੰ ਅਗਰੈਸਿਵ ਨਹੀਂ ਲੈਣਾ ਬੰਦਾ ਹੀ ਜਾਂਦੇ ਨਾ ਬੰਦੇ ਮਿੰਟ ਦੇ ਵਿੱਚ ਹੀ ਫੋਟੋ ਖਿਚਾ ਕੇ ਆ ਜਾਂਦੇ ਆ ਅਤੇ ਬੀਬੀਆਂ ਜੜੀਆਂ ਜਾਂਦੀਆਂ ਉਹਨਾਂ ਦੇ ਪੋਜ ਨਹੀਂ ਮੁੱਕਦੇ ਉਹ ਲਾਉਂਦੀਆਂ ਇਕੱਲੀ ਇਕੱਲੀ 5-5 ਮਿੰਟ ਲਾਉਣ ਡਈ ਹੈ ਇਹਨਾਂ ਨੇ ਲੱਗਦਾ ਪਤਾ ਨਹੀਂ ਆ ਮੈਨੂੰ ਹਾਂ 6-7 ਪੋਜ ਆ ਇਹਨਾਂ ਦਾ ਆਉਂਦਾ ਵੀ ਨਹੀਂ ਕਿਆ ਕਰਨਾ ਅਤੇ ਇਹ ਮੈਨੂੰ ਅੱਜ ਪੂਰਾ ਸੈਸ਼ਨ ਇੱਥੇ ਚਲਾਉਣਗੇ ਉਹ ਵੇਖ ਲਓ ਲੈ ਕੇ ਆਰਟ ਵੀ ਬੜੀ ਵੇਖਣ ਨੂੰ ਮਿਲੀ ਜਿਹਨੂੰ ਜੋ ਆਉਂਦਾ ਸੀ ਨਾ ਉਹਨੇ ਹਰੇਕ ਨੇ ਆਪਣਾ ਹਾਂ ਉਹ ਡਿੱਗ ਚੱਲਿਆ
ਫਾਈਨਲੀ ਸਾਡੀ ਵਾਰੀ ਆ ਗਈ ਆ। ਉਹ ਉਦਾਂ ਡਿੱਗਣ ਨੂੰ ਫਿਰ ਡਿਆ, ਇੱਥੇ ਵੀ ਡਿੱਗ ਚੱਲਿਆ ਸੀ ਆਹ। ਉਤਰਾਂ ਮੰਮੀ ਹਾਂ ਉਤਰ ਹੀ ਆ ਗਏ, ਭੈਣ ਆ ਗਏ, ਭੈਣ ਆ ਗਏ, ਮੈਂ ਕਿਹਾ ਲਾਹੌਰ ਵਾਲੇ ਆ ਗਏ, ਲਾਹੌਰ ਵਾਲੇ ਭਾਈ ਇੱਕ ਵਾਰੀ ਲਾ ਦਿਓ ਨਾਰਾ। ਸਹੀ ਗੱਲ ਆ, ਓਏ ਹੋਏ ਓਏ ਹੋਏ।